ਚੱਕਮਾ ਜਿਹਾ ਜਿਹੜਾ ਹਾਂ ਲੰਬੀ ਤੇ ਪਹਿਲੀ ਬਾਲ ਦੇ ਕੇ ਆਪਣੇ ਭਗੇਲੇ ਬਣਦੇ ਸੁੱਖੇ ਦਾ ਕੈਦ ਜਿਹੜਾ ਡਰਾਪ ਹੋ ਗਿਆ ਇਹਨਾਂ ਕਹਿੰਦੇ ਭਗੇਲਾ ਪੈਂਦਾ ਹੈ ਸੁੱਖਾ ਮੰਮੀ ਬਣਾਉਣਾ ਮੋਟਰਸਾਈਕਲ ਸਿੰਘ ਤੇ ਗੋਪੀ ਦੀ ਬਾਲ ਬੱਲੇ 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 ਕੋਲਿਆਂ ਵਾਲੀ ਵਾਲੇ ਕਹਿੰਦੇ ਬੱਲੇ ਬੱਲੇ ਕਰਵਾ ਗਏ ਹੈ ਸੁੱਖਾ ਵੀ ਕਹਿੰਦੇ ਮੋੜ ਦਿੱਤਾ ਗੋਪੀ ਸੁਲਤਾਨਪੁਰ ਦੇ ਮਲੂਕਪੁਰ ਦੀਆਂ ਟੀਮਾਂ ਟਾਸ ਕਰਨਗੀਆਂ ਕਿ ਦੋ ਟੀਮਾਂ ਜਿਹੜੀਆਂ ਸਾਡੀਆਂ ਬੇਨਤੀਆਂ ਹੈ ਵੀ ਸੁਲਤਾਨਪੁਰ ਦੇ ਮਲੂਕਪੁਰ ਇਹ ਦੋ ਟੀਮਾਂ ਦੀਆਂ ਟਾਸ ਕਰਨਗੀਆਂ ਮੈਚਾਂ ਦੇ ਲਈ ਸਾਹਮਣੇ ਆ ਗਿਆ ਕਾਲਾ ਭਾਈ ਪਿਮਲਾ ਮੁੰਡਾ ਖੇਡਦੇ ਮੈਦਾਨ ਦੇ ਵਿੱਚ ਭਾਈ ਪਿਮਲਾ ਕਹਿੰਦੇ ਕਾਲਾ ਖੇਡਦੇ ਮੈਦਾਨਾਂ ਦੇ ਵਿੱਚ ਆਏ ਦੇ ਸੁੱਖਾ ਗੋਪੀ ਕਹਿੰਦੇ ਤਗੜੀਆਂ ਬਾਲਾਂ ਪਾ ਰਿਹਾ ਕੋਲਿਆਂ ਵਾਲੀ ਪਿੰਡਾਂ ਨਜ਼ਰ ਆ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਰਦਾਨੇ ਨਾਲ ਦੇਖੋ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਮਲੂਕਪੁਰ ਆ ਗਈ ਜੀ ਸੁਲਤਾਨਪੁਰ ਆ ਗਈ ਤੀਜਾ ਮੈਡ ਵੀ ਗੰਗਾਨਗਰ ਦੇ ਮਾਲਾ ਰਾਮਪੁਰ ਜੀ ਆ ਗਏ ਜੀ ਇਹ ਵੀ ਆ ਗਈ ਦਰਵਿੰਦਰ ਜੀ ਇਸ ਤੋਂ ਅਗਲਾ ਮੈਚ ਕਿਹੜੀਆਂ ਟੀਮਾਂ ਦਾ ਉਹ ਮੈਚ ਦੱਸੋ ਵੀ ਅਗਲਾ ਕਿਹੜੀਆਂ ਟੀਮਾਂ ਦਾ ਮਨਪ੍ਰੀਤ ਜੀ ਮੈਚ ਦੱਸੀਏ ਬਈ ਇਸ ਤੋਂ ਅਗਲਾ ਕਿਹੜੀਆਂ ਟੀਮਾਂ ਦਾ ਆਪਾਂ ਗੰਗਾਨਗਰ ਦੀ ਆਈਏ ਦੇ ਮਾਲਾ ਰਾਮਪੁਰਾ ਵੀ ਆਈਏ ਟਾਸ ਕਰਨ ਦੋ ਟੀਮਾਂ ਆ ਬੈਠੇ ਮਾਲਾ ਰਾਮਪੁਰਾ ਦੇ ਗੰਗਾਨਗਰ ਇਹ ਟੀਮਾਂ ਰਹੀ ਹੈ ਮੈਚ ਸ਼ੁਰੂ ਕਰਨਗੇ ਇਸ ਤੋਂ ਬਾਅਦ ਗੰਗਾਨਗਰ ਦੇ ਮਾਲਾ ਰਾਮਪੁਰਾ ਦੋ ਟੀਮਾਂ ਦੀਆਂ ਡਾਸ ਕਰਕੇ ਇਸ ਮੈਚ ਤੋਂ ਬਾਅਦ ਤੀਜਾ ਜਿਹੜਾ ਪ੍ਰੀ ਕਵਾਟਰ ਖੇਡਿਆ ਜਾਵੇਗਾ ਬਾਲ ਕਹਿੰਦੇ ਗੋਪੀ ਪਾ ਰਹੇ ਆ ਮੇਰੇ ਮਿੱਤਰੋਂ ਦੇ ਸਾਹਮਣੇ ਲੰਬੀ ਵਾਲਾ ਕਹਿੰਦੇ ਯਾਦੀ ਮੁੰਡਾ ਢਾਲੀ ਵਾਲਾ ਪਰਿਵਾਰ ਦਾ ਤੇ ਲਾਓ ਸਾਹਮਣੇ ਵਾਹ ਓਏ ਗੋਪੀ ਵਾਹ ਓਏ ਗੋਪੀ ਕਮਾਲ ਹੀ ਕਰ ਰਿਹਾ ਕਹਿੰਦੇ ਗੋਪੀ ਖੇਡਦੇ ਮੈਦਾਨਾਂ ਦੇ ਵਿੱਚ ਯਾਦੀ ਜੇ ਛੇ ਛੱਕੇ ਮਾਰਦਾ ਨਾ ਤੇ ਕਮੇਟੀ ਵੱਲੋਂ ਮੋਟਰਸਾਈਕਲ ਦਿੱਤਾ ਜਾਵੇਗਾ ਕਿਉਂਕਿ ਯਾਦੀ ਨਾਲ ਯਾਰੀ ਹੈ
ਤੇ ਕਮੇਟੀ ਵਾਲੇ ਵੱਡੇ ਮਨ ਕਰ ਰਹੇ ਆ ਵੀ ਇਹ ਲੰਬੀ ਵਾਲੇ ਨੇ ਛੇ ਮਾਰਦੇ ਆਪਾਂ ਮੋਟਰਸਾਈਕਲ ਦੇ ਦਿਆਂਗੇ ਤੇ ਪੱਲੇ ਬਾਵੇ ਯਾਦੀ ਛਟਾ ਭਜਿਆ ਚਾਚਾ ਜੀ ਦੇ ਸਿਰ ਤੋਂ ਵੀ ਇੱਕ ਉਮਰ ਤੇ ਰਣ ਦਸ ਰਣ ਇੱਕ ਓਵਰ ਤੇ ਦਸ ਰਣ ਸਰਾਵਾਂ ਜਿੱਤ ਗਿਆ ਸਰਾਵਾਂ ਚ ਮੱਥਾ ਤੇ ਰੋਪੜ ਵਾਲਾ ਮੋਨੂ ਖੇਡਦੇ ਸੀਗੇ ਮੋਟਰਸਾਈਕਲ ਜੁਗਾ ਜੁਗਾ ਗੱਲਾਂ ਚੱਲਣਗੀਆਂ ਜਿਸ ਦਰਵੇਸ਼ ਦੀਆਂ ਕੌਣ ਕਰੂਗਾ ਰੀਸਾਂ ਕਲਗੀ ਧਰ ਪਿਤਾ ਦਸ਼ਮੇਸ਼ ਦੀਆਂ ਕੌਣ ਕਰੂਗਾ ਰੀਸਾਂ ਮੇਰੀ ਕਲਗੀ ਧਰ ਪਿਤਾ ਦਸ਼ਮੇਸ਼ ਦੀਆਂ ਤਾਂ ਗਿਆ ਕਹਿੰਦਾ ਯਾਦੀ ਗੱਭਰੂ ਬੇਸ਼ਮੇਰੇ ਦੇ ਸੋਹਣੇ ਚੌੜੀਆਂ ਹਿੱਕਾਂ ਦੇ ਮਨ ਮੋਹਣੇ ਆ ਗਏ ਵਿੱਚ ਮੈਦਾਨਾਂ ਦੇ ਦੇਖਣ ਵਾਲੇ ਹੁੰਦੇ ਦੋਸਤੋ ਜਵਾਨਾਂ ਦੇ ਦੇਖਣ ਵਾਲੇ ਹੁੰਦੇ ਦੋਸਤੋ ਜੌਹਰ ਜਵਾਨਾਂ ਦੇ ਲਗਾਤਾਰ ਤੇ ਲਗਾਤਾਰ ਨੀ ਜੇ ਸਾਰੇ ਮੈਚ ਛੇ ਛੱਕੇ ਮਾਰੂ ਮੈਚ ਛੇ ਛੱਕੇ ਮਾਰੂ ਫੇਰ ਹੀ ਮਿਲਦੀ ਦੂਜਾ ਹੋ ਗਿਆ ਲਾਓ ਸਾਹਮਣੇ ਯਾਦੀ ਕਹਿੰਦੇ ਬੱਲੇ ਖੇਡਦੇ ਮੈਦਾਨਾਂ ਦੇ ਵਿੱਚ ਕਰਵਾਈ ਆ ਰਹੇ ਹੈ ਬਾਲ ਮੰਦਰ ਦੀ ਪੈ ਰਹੀ ਹੈ ਮੇਰੇ ਮਿੱਤਰੋ ਗੱਗਾ ਨਗਰ ਦੀ ਟੀਮ ਦੀ ਟਾਸ ਦੀ ਖੇਤੂ ਟੀਮ ਅਗਲਾ ਮੈਚ ਹੋਵੇਗਾ ਜਿਹੜਾ ਗੱਗਾ ਨਗਰ ਦੀ ਟੀਮ ਟਾਸ ਜਿਹੜੀ ਖੇਤੂ ਟੀਮ ਜਿਹੜੀ ਫੇਰ ਮੰਦਰ ਨੇ ਪਾਉਣੀ ਹੈ ਫੇਰ ਦੇ ਮੈਦਾਨਾਂ ਦੇ ਵਿੱਚ ਮੰਦਰ ਕਹਿੰਦੇ ਬਾਲ ਪਾਉਣ ਦੇ ਲਈ ਬਾਹਰ ਪਾ ਹੋਇਆ ਸਾਹਮਣੇ ਯਾਦੀ ਹੈ ਲੰਬੀ ਦੀ ਧਰਤੀ ਦਾ ਨਯਨ ਅਗਲੇ ਖੇਡਿਆ ਆਇਆ ਸ਼ਾਨ ਤੇ ਰਾਣੀ ਕਹਿੰਦੇ ਫੇਰ ਇੱਕ ਜੁੜ ਗਿਆ ਆ ਗਿਆ ਕਹਿੰਦੇ ਕਾਲਾ ਆ ਗਿਆ ਕਾਲਾ ਅੱਜ ਕਹਿੰਦੇ ਕਾਲਾ ਆਇਆ ਭਾਈ ਰੁਪਏ ਵਾਲਾ ਖੇਡਦੇ ਮੈਦਾਨਾਂ ਦੇ ਵਿੱਚ ਅੱਜ ਯਾਦੀ ਆਇਆ ਅੱਜ ਚਾਚਾ ਜੀ ਆਇਆ ਅੱਜ ਬਾਬਾ ਬੋੜ ਵੀ ਆਇਆ ਹੈ ਬੜੇ ਤਕੜੇ ਬਲੇ ਆਏ ਆ ਬਠਿੰਡੇ ਵਾਲਾ ਬਿਜਲੀ ਮਨੀਸ਼ ਦੇ ਸੱਜਣ ਗੰਗਾ ਨਗਰ ਦੀ ਧਰਤੀ ਦੇ ਡੀ ਸੀ ਮਾਲਾ ਰਾਮਪੁਰੇ ਦਾ ਬੜੇ ਚੋਟੀ ਦੇ ਮੈਚ ਲੱਗਣਗੇ ਸੁਲਤਾਨਪੁਰੀ ਆ ਕਾਲੀ ਤੇ ਨਾਲ ਕਹਿੰਦੇ ਸੁਨੀਲ ਵਰਗੇ ਪਲੇਅਰ ਦੂਜੇ ਪਾਸੇ ਕਹਿੰਦੇ ਕਾਪੇ ਵਰਗੇ ਟੋਪਲ ਵਰਗੇ ਬੜੇ ਚੋਟੀ ਦੇ ਸਟਾਰ ਧੂਰੀ ਵਾਲਾ ਹਰਮਣ ਉੱਚੋ ਰਾ ਕਹਿੰਦੇ ਬਲੈਕੀ ਧਰਮ ਕੋਟੀ ਆ ਕੰਨੂ ਜਲੰਧਰ ਵਾਲਾ ਕਹਿੰਦੇ ਰੈਚੂ ਖੇਡਦੇ ਮੈਦਾਨਾਂ ਦੇ ਵਿੱਚ ਮੇਰੇ ਬੱਤਰੂ ਬੜੇ ਚੋਟੀ ਦੇ ਪਲੇਅਰ ਤੇ ਚੋਟੀ ਦੇ ਮੈਚ ਜਿਹੜੇ ਖੇਡਦੇ ਮੈਦਾਨਾਂ ਦੇ ਵਿੱਚ ਲੱਗਣਗੇ ਹਨੁਮਾਨਗੜੀ ਆ ਚੀਨੂ ਕਾਲਿਆਂ ਵਾਲੀ ਦਾ ਲੱਕੀ ਵਾਲੀ ਖਾਣ ਖੇਡਦੇ ਮੈਦਾਨਾਂ ਦੇ ਵਿੱਚ ਆਵੇਗਾ ਤੇ ਗੱਲਾਂ ਕਹਿੰਦੇ ਟਿਕਾਣੇ ਹੋਣਗੀਆਂ ਧੂਰੀ ਵਾਲਾ ਕਹਿੰਦੇ ਕਤਲ ਵੀ ਆਵੇ ਆ ਤੇ ਨਾਲ ਕਹਿੰਦੇ ਲਹਿਰੇ ਵਾਲਾ ਲੱਕੀ ਉਸਤਾਦ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਅੱਜ ਦਾ ਮੇਲਾ ਟਿਕਾਣੇ ਲੱਗੇਗਾ ਰਣ ਦੱਸੀਏ ਵੀ ਦੋ ਓਵਰਾਂ ਦੇ ਵਿੱਚ 18 ਰਣ ਦੋ ਓਵਰ ਦੇ 18 ਰਣ ਬਾਲ ਪਾਉਂਦਰੀ ਘੱਲਾਂ ਵਾਲਾ ਕਹਿੰਦੇ ਨਿੱਕਾ ਖੇਡਦੇ ਮੈਦਾਨ ਦੇ ਵਿੱਚ ਕਾਸਕੋ ਦਾ ਬਾਬਾ ਬੋੜ
ਬਾਲ ਪਾਵੇਗਾ ਮੇਰੇ ਮਿੱਤਰੋ ਕਾਸ਼ਕੋ ਦਾ ਬਾਬਾ ਬੋੜ ਬਾਲ ਪਾਵੇਗਾ ਖੇਡਦੇ ਮੈਦਾਨ ਦੇ ਵਿੱਚ ਇਹਨੂੰ ਬਾਬਾ ਬੋੜ ਕਹਿੰਦੀ ਆ ਦੁਨੀਆ ਇਹ ਲੰਬੇ ਸਮੇਂ ਦਾ ਸਟਾਰ ਹੈ ਮੋਗੇ ਦੀ ਧਰਤੀ ਹੈ ਮੇਰੇ ਮਿੱਤਰੋ ਕੱਲਾ ਦੀ ਟੀਮ ਲਈ ਧੰਨ ਧੰਨ ਨਗਰ ਬਾਈ ਜਿੱਥੋਂ ਦੇ ਕਬੱਡੀ ਦੇ ਕ੍ਰਿਕਟ ਦੇ ਸਟਾਰ ਹੋਏ ਆ ਪਰ ਯਾਦੀ ਵੀ ਕਹਿੰਦੇ ਐਨ ਅੱਤ ਦਾ ਹੀ ਪਲੇਅਰ ਆ ਹੁਣ ਇੱਕ ਜੁੜ ਗਿਆ ਖੇਡਦੇ ਗਰਾਊਂਡ ਦੇ ਉੱਪਰ ਢਾਈ ਰੁਪਏ ਦਾ ਕਾਲਾ ਖੇਡਦੇ ਮੈਦਾਨ ਦੇ ਵਿੱਚ ਟੱਕਰ ਬਠਿੰਡੇ ਦੇ ਮੋਗੇ ਦੀ ਤੇ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਟੱਕਰ ਕਹਿੰਦੇ ਬਠਿੰਡੇ ਤੇ ਮੋਗੇ ਦੀ ਹੈ ਬਠਿੰਡੇ ਦੇ ਮੋਗੇ ਦੀ ਟੱਕਰ ਖੇਡਦੇ ਗਰਾਊਂਡ ਦੇ ਉੱਪਰ ਹੋ ਚੁੱਕੀ ਹੈ ਸਿਆਣਾ ਦੀ ਟੀਮ ਭਲਾਈ ਦੇ ਪਾਤਰਾਂ ਹੈ ਕਵਾਟਰ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਪੰਜ ਟੀਮਾਂ ਕਹਿੰਦੇ ਕਵਾਟਰ ਦੇ ਵਿੱਚ ਹੋ ਗਈਆਂ ਨੇ ਤੇ ਛੇਵੀਂ ਟੀਮ ਇਸ ਮੈਚ ਦੇ ਵਿੱਚੋਂ ਜਾਵੇਗੀ ਉੱਕੇ ਦੀ ਟੀਮ ਹੋਣੀ ਜਿਹੜੀ ਕਵਾਟਰ ਦੇ ਵਿੱਚ ਪੁੱਜੇਗੀ ਸਾਡੇ ਬਾਅਦ ਫਿਰ ਨਿੱਕੇ ਦੀ ਨਾ ਉੱਕਲਾ ਵਾਲਾ ਨਿੱਕਾ ਮੇਰੇ ਮਿੱਤਰੋ ਤੇ ਢਾਈ ਰੁਪਏ ਵਾਲਾ ਕਹਿੰਦੇ ਕਾਲਾ ਰਣ ਜੋੜਦਾ ਚਾਰ ਵੀ ਢਾਈ ਰੁਪਏ ਵਾਲਿਆ ਵਾ ਪੱਖ ਤੇਰਾ ਪੂਰਦੀ ਜੇ ਗੱਲ ਹੁੰਦੀ ਮੇਰੇ ਵੱਸ ਦੀ ਢਾਈ ਰੁਪਏ ਵਾਲਿਆ ਵਾ ਪੱਖ ਤੇਰਾ ਪੂਰਦੀ ਜੇ ਗੱਲ ਹੁੰਦੀ ਮੇਰੇ ਵੱਸ ਦੀ ਇਹਨੇ ਵੱਡੇ ਵੱਡੇ ਦੀਆਂ ਗੱਡੀਆਂ ਬੈਕ ਕਰਾਈਆਂ ਵੱਡੇ ਵੱਡੇ ਦੀਆਂ ਗੱਡੀਆਂ ਬੈਕ ਕਰਾਈਆਂ ਤੇ ਉੱਧਰ ਅਗਲਾ ਮੈਚ ਮਲੂਕਰ ਤੇ ਸੁਲਤਾਨਪੁਰ ਭੱਲੇ ਭੱਲੇ ਇਹ ਟਾਈਗਰ ਹੈ ਇੱਕ ਪਾਸੇ ਬਾਬਾ ਬੋੜ ਹੈ ਦੂਜੇ ਪਾਸੇ ਟਾਈਗਰ ਟਾਈਗਰ ਹੈ ਕਹਿੰਦੇ ਕਾਸਕੋ ਦੀ ਖੇਡਦਾ ਮੈਂ ਪਹਿਲਾਂ ਵੀ ਕਿਹਾ ਇਹਨੇ ਵੱਡੇ ਵੱਡੇ ਦੀਆਂ ਗੱਡੀਆਂ ਬੈਕ ਕਰਾਈਆਂ ਚਾਲੀ ਨੇ ਕਹਿੰਦੇ ਵੱਡੇ ਵੱਡੇ ਦੀਆਂ ਗੱਡੀਆਂ ਬੈਕ ਕਰਾਈਆਂ ਤੇ ਰਣ ਕਹਿੰਦੇ ਛੇ ਜੁੜ ਚੁੱਕੇ ਨੇ ਦੱਸੂ ਸਾਡਾ ਵੀਰ ਉਣੱਤੀ ਰਣ ਬੱਲੇ 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 ਬਣ ਗਿਆ ਬਾਈ ਓਏ ਉਹ ਬਣ ਗਿਆ ਬਾਈ ਓਏ ਕੈਚ ਛੱਡ ਦਿੱਤਾ ਕੈਚ ਛੱਡ ਦਿੱਤਾ ਇੱਕ ਰਨ ਜਿਹੜਾ ਹੋਰ ਜੁੜਦਾ ਹੋਇਆ ਤੇ 30 ਰਨ ਦੋ ਕੈਚ ਛੱਡਤੇ ਆ ਗਈ ਆਓ ਸਾਹਮਣੇ ਯਾਦੀ ਯਾਦੀ ਕਹਿੰਦੇ ਲੰਬੀ ਵਾਲਾ ਖੇਡਦੇ ਮੈਦਾਨ ਦੇ ਵਿੱਚ ਸਾਹਮਣੇ ਕਰ ਰਿਹਾ ਜਿਹੜੀ ਰੋਡ ਡੱਬ ਵਾਲੀ ਨੂੰ ਮਲੋੜ ਨਾਲ ਜੋੜਦੀ ਹੈ ਉਸ ਰੋਡ ਦੇ ਉੱਪਰ ਕਰਕੇ ਪਾਸਿਆ ਪਿੰਡ ਆ ਲੰਬੀ ਬਾਬਾ ਮਾਨ ਸਿੰਘ ਦੀ ਧਰਤੀ ਹੈ ਸਾਧੂ ਸੰਤਾਂ ਦੀ ਧਰਤੀ ਹੈ ਤੇ ਉੱਧਰ ਖੇਡਿਆ ਆਇਆ ਸ਼ਾਰਦੇ ਰਨ ਜਿਹੜੇ ਚਾਰ ਬਾਰਡਰੋਂ ਪਾਰ ਰਨ ਜਿਹੜੇ ਚਾਰ ਬਾਰਡਰੋਂ ਪਾਰ ਜਿਹੜੇ ਹੋ ਚੁੱਕੇ ਨੇ ਵਾਧਾ ਆਇਆ ਸਕੋਰ ਜਿਹੜਾ ਖੇਡ ਦੇ ਮੈਦਾਨਾਂ ਦੇ ਵਿੱਚ ਆ ਹੈ 34 ਰਨ ਹੋ ਚੁੱਕੇ ਨੇ ਅਗਲੀ ਬਾਲ ਫੇਰ ਤੇ ਪੱਲੇ 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 ਕੱਲਾ ਵਾਲਾ ਨਿੱਕਾ ਐਨ ਮੁੰਡੇ ਕਰੀ ਝਾਂਗਰਾ ਬਾਈ ਜੇ ਤੂੰ ਬਾਲ ਫੜੀ ਹੁੰਦੀ ਤਾਂ ਦੋਨੀ ਮੁੜ ਗਏ ਸੀਗੇ ਜੇ ਤੂੰ ਕੈਨ ਫੜਿਆ ਹੁੰਦਾ ਤੇ ਦੋਨੀ ਮੁੜ ਗਏ ਸੀਗੇ ਦੱਸੀ ਬਾਈ 3 ਓਵਰ ਦੇ ਰਨ 34 ਰਨ 3 ਓਵਰਾਂ ਦੀ ਸਮਾਪਤੀ ਤੇ 3 ਓਵਰ ਦੇ 34 ਰਨ ਹੈ 12 ਬਾਲਾਂ ਰਹਿ ਗਈਆਂ ਪਹਿਲੀ ਪਾਰੀ ਪਹਿਲੇ ਐਪੀਸੋਡ ਦੀਆਂ 12 ਬਾਲਾਂ ਜਿਹੜੀਆਂ ਬਾਕੀ ਨੇ ਕੀਪਰ ਨੇ ਫੜਿਆ ਬਈ ਕੀਪਰ ਨੇ ਯਾਨੀ ਗੇਟ ਕੋਲੇ ਆ ਜੀ ਵੀਰੇ ਮੰਦਰ ਕੀਪਰ ਨੇ ਫੜ ਲਿਆ ਗੇਟ ਗੇਟ ਕੋਲੇ ਲਾਓ ਸਾਹਮਣੇ ਕਾਲੀ ਦੀ ਕਾਈ ਦੇ ਉੱਪਰ ਜਿਹੜਾ ਇੱਕ ਥਰੋ ਜੁੜ ਚੁੱਕੇ ਆ ਗੋਲਡੀ ਬਾਲ ਪਾ ਰਹੇ ਆ ਵਾਈਡ ਥਰੋ ਪ੍ਰੈਸ਼ਰ ਹੈ ਕਹਿੰਦੇ ਤੇ ਰਨ ਇੱਕ ਲਾਓ ਸਾਹਮਣੇ ਸਿਮਰਤ ਆ ਗਿਆ ਅਗਲਾ ਬੱਲੇਬਾਜ਼ ਖੇਡ ਰਹੇ ਮੈਦਾਨ ਦੇ ਵਿੱਚ ਲਹਿਰੇ ਵਾਲਾ ਲੱਖੀ ਉਸਤਾਦ ਵੀ ਆ ਗਿਆ ਸਾਡਾ ਖੇਡਦੇ ਮੈਦਾਨਾਂ ਦੇ ਵਿੱਚ ਗੱਲਾਂ ਹੋਣਗੀਆਂ ਤੇ ਲਾਓ ਸਾਹਮਣੇ ਇੱਕ ਰਨ ਜਿਹੜਾ ਜੁੜਦਾ ਹੋਇਆ ਤੇ ਸਿਮਰਤ ਸਾਹਮਣੇ ਕਰ ਰਿਹਾ ਗੋਲਡੀ ਬਾਲ ਪਾ ਰਿਹਾ ਮੇਰੇ ਮਿੱਤਰੋਂ ਦੇ ਸਾਹਮਣੇ ਸਿਮਰਤ ਆ ਪੈਂਦੀ ਹੋਈ ਬਾਲ ਜਿਹੜੀ ਆਪਾਂ ਦੇਖਾਂਗੇ ਵੀ ਖੇਡਦੇ ਗਰਾਊਂਡਾਂ ਦੇ ਅੰਦਰ
ਪਤਾ ਨਹੀਂ ਵੀਰੇ ਉਹਦਾ ਸਾਹਮਣੇ ਭਾਈ ਉੱਪੇ ਵਾਲਾ ਆਇਆ ਤੇ ਕਾਲਾ ਪੱਲੇ ਬੱਲੇ ਪੱਲੇ ਬੱਲੇ ਕਰਵਾ ਰਿਹਾ ਭਾਈ ਉੱਪੇ ਵਾਲਾ ਕਹਿੰਦਾ ਕਾਲਾ ਫੇਰ ਦੇ ਮੈਦਾਨ ਦੇ ਵਿੱਚ ਕਹਿੰਦਾ ਪੱਲੇ ਬੱਲੇ ਕਰਵਾ ਰਿਹਾ ਰਾਂਝੜੇ ਛੇ ਆ ਦੱਸੀ ਬਾਈ ਕਿੰਨੇ ਰਨ ਹੋ ਗਏ ਹੜਤਾਲੀ ਰਨ ਹੜਤਾਲੀ ਰਨ ਜਿਹੜੇ ਖੇਡ ਦੇ ਗਰਾਊਂਡ ਦੇ ਅੰਦਰ ਹੋ ਚੁੱਕੇ ਆ ਕੀ ਹੋ ਗਿਆ ਉਹ ਹੋ ਕੀ ਗਿਆ ਸਮਝੀ ਨੀ ਤੂੰ ਤਾਂ ਅੱਛਾ ਲੈ ਕਿਤੇ ਸੀ ਠੀਕ ਹੈ ਪਿੰਨੂ ਵੀ ਹੁਣ ਨੋ ਹੈ ਨੋ ਬਾਲ ਅਗਲੇ ਸਾਲ ਨਾ ਪਹਿਲਾਂ ਚੌਲਾਂ ਦੇ ਕੜਾਹੇ ਕੜੂਹੇ ਕੱਢ ਲਿਓ ਮਾਣੀ ਖੜਿਆ ਲਿਓ ਟੂਰਨਾਮੈਂਟ ਤੋਂ ਪਹਿਲਾਂ ਨਾ ਵੀਰੇ ਮੈਂ ਇੱਕ ਗੱਲ ਬੋਲਾਂ ਯਾਰ ਲਾਈਵ ਦੇ ਵਿੱਚ ਕਹਿ ਦਿੰਦੇ ਵੀ ਕਮੇਂਟੇ ਟਰਾਇਮ ਬੋਲਦੇ ਆ ਜਿਹੜਾ ਅੰਪਾਇਰ ਨੇ ਫੈਸਲਾ ਦਿੱਤਾ ਵੀਰੇ ਮੰਨਣੀ ਪਊ ਭਾਵੇਂ ਕੁਝ ਵੀ ਆ ਠੀਕ ਆ ਨਾ ਗੱਲ ਸਿੱਧੀ ਹੈ ਤੇ ਸਪਸ਼ਟ ਆ ਜਿਹਨੇ ਨਹੀਂ ਇਸ ਵਾਰ ਮੰਨਿਆ ਤੇ ਉਹ ਟੀਮ ਬਾਹਰ ਹੀ ਜਾਵੇਗੀ ਖਾਲਸਾ ਜੀ ਥੋੜੇ ਜਿਹੇ ਪੈਂਡਿੰਗ ਹੋਣਾ ਪੈਣਾ ਇਸ ਵਾਰ ਇੱਕ ਗੱਲ ਹੋਰ ਮੰਨ ਲਓ ਜਿਹੜਾ ਨਾਮ ਅੰਪਾਇਰ ਤੀਜਾ ਬੈਟਸਮੈਨ ਹੋਵੇਗਾ ਨਾ ਉਹ ਜਾ ਕੇ ਬਾਲ ਚੈੱਕ ਕਰੂ ਬਾਈ ਨਹੀਂ ਐਂ ਦੇਖ ਲੈ ਫਿਰ ਟੂਰਨਾਮੈਂਟ ਕੱਲ੍ਹ ਤੇ ਲੈ ਕੇ ਜਾਣਾ ਪੈਣਾ ਜੇ ਲੈ ਜਾਓਗੇ ਤਾਂ ਫਿਰ ਭਾਵੇਂ ਬੋਲਾਂ ਜਿਵੇਂ ਮਰਜ਼ੀ ਚੈੱਕ ਹੋਈ ਜਾਣ ਮੇਰੀ ਬੇਨਤੀ ਹੈ ਭਰਾ ਬੰਦਾ ਜੇ ਪ੍ਰੀ ਕੁਆਟਰ ਚੱਲਦੇ ਫਿਰ ਕੁਆਟਰ ਪਏ ਆ ਤੇ ਸੂਰਜ ਨਾ 5:30 ਵਜੇ ਐਂ
ਲੱਗਦਾ ਜਿਵੇਂ ਹਨੇਰਾ ਹੋ ਗਿਆ ਕਿਉਂਕਿ ਧੁੰਦ ਤੇ ਧੂਆਂ ਇਕੱਠੇ ਹੋ ਜਾਂਦੇ ਤੇ ਫਿਰ ਗੱਲ ਔਖੀ ਹੋ ਜਾਂਦੀ ਹੈ ਭਰਾ ਦਾ ਅਪਡੇਟ ਨਹੀਂ ਹੈਗੀ ਵੀਰੇ ਥੋੜਾ ਜਿਹਾ ਧਿਆਨ ਦੇਈਏ ਸਾਰੀਆਂ ਟੀਮਾਂ ਨਹੀਂ ਹੈਗੀ ਅਪਡੇਟ ਤੇ ਬਾਈ ਆਪਣੀ ਬੇਨਤੀ ਹੈ ਲਾਈਕ ਨਾ ਕਰੋ ਬੇਨਤੀ ਹੈ ਬਾਈ ਕੀ ਮਿਲਦਾ ਤੁਹਾਨੂੰ ਲਾਈਕ ਕਰਕੇ ਵੀਡੀਓ ਰੁਕਦੀ ਹੈ ਬਾਈ ਇਹਦੇ ਨਾਲ ਲਾਓ ਸਾਹਮਣੇ ਸ਼ਕਾ ਬੱਜ ਗਿਆ ਮੇਰੇ ਮਿੱਤਰੋ ਢਾਈ ਰੁਪਏ ਵਾਲਾ ਕਹਿੰਦੇ ਟਾਈਗਰ ਤਿੰਨ ਜੋੜ ਗਿਆ ਢਾਈ ਰੁਪਏ ਵਾਲਾ ਕਾਲਾ ਹੈ ਕਾਲੇ ਦੇ ਕਹਿੰਦੇ ਤਿੰਨ ਛਕੇ ਆ ਤੇ ਉੱਧਰ ਭੱਲੇ 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 ਉਹ ਭੱਲੇ 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 ਆਊਟ ਹੋ ਗਿਆ ਕਹਿੰਦੇ ਕਾਲਾ ਫਿਰ ਦੇ ਮੈਦਾਨਾਂ ਦੇ ਵਿੱਚ ਤੇ ਦੋ ਬਾਲਾਂ ਰਹਿ ਗਈਆਂ ਕਿੰਨੀਆਂ ਪਿੱਛੋ ਬਈ ਤਿੰਨ ਬਾਲਾਂ ਜਿਹੜੀਆਂ ਬਾਕੀ ਨੇ ਇੱਕ ਦੋ ਹੋਈ ਸੀਗੀ ਤਿੰਨ ਬਾਲਾਂ ਜਿਹੜੀਆਂ ਬਾਕੀ ਆ ਤੇ ਸਾਡੇ ਆਫੀਸਰ ਸਵਾਲ ਦੱਸਣਗੇ ਰਾਣੇ ਜਿਹੜੇ ਬਹਾਡਰ ਜਿਹੜੇ ਹੋ ਚੁੱਕੇ ਆ ਖੇਡ ਦੇ ਗਰਾਊਂਡ ਦੇ ਅੰਦਰ ਬਾਈ ਮੈਚ ਸ਼ੁਰੂ ਕਰਵਾਉਣੇ ਬਿਕਲੂ ਬਾਈ ਐ ਮੈਚ ਨਹੀਂ ਹੋਣੇ ਹਲੇ ਪ੍ਰੀ ਕਵਾਟਰ ਹੀ ਚੱਲੀ ਜਾਂਦੇ ਤੇ ਪ੍ਰੀ ਕਵਾਟਰ ਦੋ ਪਏ ਆ ਫਿਰ ਕਵਾਟਰ ਚੱਲਣਗੇ ਫਿਰ ਸੈਮੀ ਚੱਲੂ ਉੱਥੇ ਆ ਕੇ ਬੈਸਰ ਬੈਠਿਆ ਕਰੋ ਭਰਾ ਬਣੇ ਆ ਜ਼ਰੂਰ ਉੱਥੇ ਆ ਕੇ ਬੈਸਰ ਬੈਠਿਆ ਕਰੋ ਜ਼ਰੂਰ ਭਰਾ ਬਣੇ ਲੱਭੀ ਵਾਲੇ ਬੰਦਾ ਉੱਥੇ ਭੇਜ ਦਿਓ ਵੀਰ ਬਣੇ ਲੱਭੀ ਵਾਲੇ ਆਜੋ ਬਈ ਜਲਦੀ ਰਾਜਵੰਤ ਜੀ ਕੈਂਪਰ ਆ ਗਿਆ ਰਾਜਵੰਤ ਆ ਗਿਆ ਢਾਲੀਵਾਲ ਖੇਡ ਦੇ ਮੈਦਾਨ ਦੇ ਵਿੱਚ ਰਾਜਵੰਤ ਆ ਗਿਆ ਕਾਲ ਪੈ ਰਹੀ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨਾਂ ਦੇ ਵਿੱਚ ਕੋੜਿਆਂ ਵਾਲੀ ਟੀਮ ਲੋਕ ਦੇ ਬਾਲਾਂ ਪੈ ਰਹੀਆਂ ਗੰਗਾਨਗਰ ਕੀ ਕਰੇਗੀ ਜੀ ਗੰਗਾਨਗਰ ਗੰਗਾਨਗਰ ਬਾਲ ਕਰੇਗੀ ਬੈਟਿੰਗ ਮਾਲਾ ਰਾਮਪੁਰਾ ਬੈਟਿੰਗ ਮਾਲਾ ਰਾਮਪੁਰਾ ਦੀ ਬਾਲ ਜਿਹੜੀ ਗੰਗਾਨਗਰ ਨੇ ਕਰਨੀ ਹੈ ਮਨੀਸ਼ ਵਰਗੇ ਸੱਜਣ ਵਰਗੇ ਅਗਲਾ ਮੈਚ ਡੀਸੀ ਬਿਜਲੀ ਵਰਗੇ ਹਰੀਪੁਰੀਆ ਕਹਿੰਦੇ ਪਵਨ ਤੇ ਬੜਾ ਚੋਟੀ ਦਾ ਮੈਚ ਲੱਗੇਗਾ ਇਸ ਤੋਂ ਬਾਅਦ ਤੇ ਲਾਓ ਕਮਾਲ ਹੋਏ ਹੈਟ੍ਰਿਕ ਇਧਰੋਂ ਵੀ ਹੋ ਗਈ ਹੈ ਤਿੰਨ ਬਾਲਾਂ ਦੇ ਤਿੰਨ ਖਿਡਾਰੀ ਮੋੜ ਦਿੱਤੇ ਆ ਤਿੰਨ ਬਾਲਾਂ ਦੇ ਤਿੰਨ ਖਿਡਾਰੀ ਜਿਹੜੇ ਮੋੜ ਦਿੱਤੇ ਆ ਖੇਡ ਦੇ ਗਰਾਊਂਡ ਦੇ ਅੰਦਰ ਐਨ ਬਾਸੀ ਕੀਤੀ ਹੈ ਪਹਿਲਾਂ ਛਕੇ ਆਏ ਆ ਤੇ ਹੁਣ ਕਹਿੰਦੇ ਬਾਸੀ ਜਿਹੜੀ ਖੇਡ ਦੇ ਮੈਦਾਨ ਦੇ ਵਿੱਚ ਹੋ ਚੁੱਕੀ ਹੈ ਅਗਲੀ ਬਾਲ ਫੇਰ ਪੈ ਰਹੀ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਲਾਓ ਸਾਹਮਣੇ ਬਾਲ ਪਾਉਣ ਦੇ ਲਈ ਬਾਈ ਗਾਈ ਦੀ ਪਿੰਡ ਤੇ ਹੁਣ ਆ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਹੈ ਤੇ ਉੱਧਰ ਓਵਰ ਸਮਾਪਤ ਬੈਟਰ ਨਹੀਂ ਟ੍ਰੇਡ ਦਾ ਟਾਰਗੇਟ ਸਲੋ ਆਉਂਦੇ ਤੋਂ ਆਏ ਆਏ ਖੜਦਾ ਬੰਦਾ ਤੇ ਚੰਗਾ ਵਾ ਟੱਪਾ ਗਿਆ ਤੂੰ ਤਾਂ ਮਾਰ ਲੈਂਦਾ ਹੋਰ ਲੱਗ ਰਿਹਾ ਜੀ ਮੈਂ ਲੈ ਸਾਰੇ ਲਏ ਉਹਨਾਂ ਦੀ ਉਹ ਲੈ ਬੱਗੀ ਵਾਲਾ ਵੀ ਲਿਆ ਆ ਵੀ ਹਾਂ ਲੈ ਸਾਰੇ ਮੇਰਾ ਫੋਨ ਲੈ ਗਏ ਹੋਕਨੂੰ ਆ ਮੇਰੇ ਵਾਲੇ ਹਾਂ ਚੱਕ ਲੈ ਸਾਰੇ ਨੇ ਕੀ ਹੁੰਦਾ ਉਹ ਤਾਂ ਮੈਨੂੰ ਦੱਸੋ ਇਹਦੇ ਹੁਣ ਮੈਨੂੰ ਇਹ ਤਾਂ ਦੱਸ ਦਿਓ ਵੀ ਕੀ ਦਿੱਕਤ ਆਈ ਜਾਂਦੀ ਹੈ
ਕਿੰਨੇ ਦਾ ਕਰ ਗਿਆ ਆਊਟ ਹੋ ਗਿਆ ਦੋ ਬਾਟ ਜੇ ਨਾ ਹੁੰਦੀ ਮੈਂ ਆਊਟ ਨਹੀਂ ਹੋਣਾ ਸੀ ਮੈਂ ਪਹਿਲਾਂ ਲਾਉਣ ਲੱਗਾ ਮੈਂ ਕਿਹਾ ਹਵਾ ਵਗਦੀ ਲਾ ਲਾਂ ਅੱਜ ਯਾਰ ਬਈ ਪਹਿਲਾਂ ਮੈਚ ਤਾਂ ਮੇਰਾ ਹੀ ਨਹੀਂ ਪਹਿਲਾਂ ਮੈਚ ਮੇਰਾ ਰੱਦੀ ਨਹੀਂ ਗਾ 100 ਵਜਦਾ ਨਾ 100 ਤੋਂ ਉੱਤੇ ਗੱਬਰ ਹੁਣ ਚੱਕ ਕੇ ਬੈਠ ਦੋ ਓ ਯਾਰ ਮੰਨਦੇ ਤਾਂ ਜਾਊਗੀ ਬਾਹਰ ਨੰਬਰ ਤਾਂ ਨਹੀਂ ਵੀਰੇ ਮੈਚ ਕਹਿੰਦਾ ਬੰਦਾ ਐਕਟ ਆਊਟ ਕਰਨਾ ਦਿਮਾਗ ਠੀਕ ਆ ਨਾ ਮੈਂ ਪਹਿਲਾਂ ਲਾਉਣ ਲੱਗੇ ਮੈਂ ਕਿਹਾ ਹਵਾ ਵਗਦੀ ਲਾ ਲਾ ਯਾਰ ਸਹੀ ਦੇ ਜੱਲੀ ਹੁੰਦਾ ਬਈ ਯਾਰ ਪਹਿਲਾਂ ਮੈਂ ਮੇਰਾ ਹੀ ਨਹੀਂ ਪਹਿਲਾਂ ਮੈਂ ਮੇਰੇ ਰੰਦੀ ਨੇ ਦੱਸੋ ਅਪਡੇਟ ਨਹੀਂ ਹੈਗੀ ਬਈ ਨੰਬਰ ਤਾਂ ਹੈ ਬੰਦਾ ਐਕਟ ਆਊਟ ਕਰਨਾ ਦਿਮਾਗ ਮੈਚ ਸ਼ੁਰੂ ਕਰਵਾ ਰਹੀ ਹੈ ਮੇਰੀ ਬੇਨਤੀ ਹੈ ਦੋ ਟੀਮਾਂ ਤਰੇਡ ਰਨ ਦਾ ਟਾਰਗੇਟ ਹੈ ਜਿਹੜਾ ਅਪਡੇਟ ਨਹੀਂ ਬਾਈ ਕੂੜੇ ਵਾਲੀ ਟੀਮ ਪਹਿਲੀ ਸੈੱਟ ਹੋਇਆ ਖੇਡਦੇ ਗਰਾਊਂਡ ਦੇ ਉੱਪਰ ਸਾਹਮਣੇ ਢੱਲਾ ਵਾਲਾ ਹੈਗਾ ਤੇ ਨਿੱਕਾ ਖੇਡਦੇ ਮੈਦਾਨ ਦੇ ਵਿੱਚ ਬਾਹਰ ਜਿਹੜੀ ਟੈਡ ਬਾਹਰ ਜਿਹੜੀ ਟੈਡ ਖੇਡਦੇ ਗਰਾਊਂਡ ਉੱਧਰ ਹੋ ਚੁੱਕੀ ਹੈ ਟੈਡ ਬਾਲ ਹੈ ਉੱਧਰ ਕਹਿੰਦੇ ਬਾਲ ਬੰਦੀ ਦੇ ਬਾਅਦ ਜਿਹੜੀ ਟੈਡ ਹੋ ਚੁੱਕੀ ਹੈ ਗੰਗਾਨਗਰ ਤੇ ਰਾਮਪੁਰੇ ਦਾ ਅਗਲਾ ਮਾਲਾ ਰਾਮਪੁਰਾ ਖੇਡਦੇ ਮੈਦਾਨ ਦੇ ਵਿੱਚ ਕਹਿੰਦੇ ਛੱਕਾ ਮਾਰ ਗਿਆ ਵਾੜਦਾ ਵਾੜਦਾ ਬਾਈ ਵਾੜਦਾ ਛੱਕਾ ਵੱਜ ਗਿਆ ਪਹਿਲੀ ਬਾਲ ਤੇ ਖੇਡਦੇ ਮੈਦਾਨ ਦੇ ਵਿੱਚ ਛੱਕਾ ਜਿਹੜਾ ਵੱਜ ਚੁੱਕਿਆ ਹੈ ਪਹਿਲੀ ਬਾਲ ਦੇ ਖੇਡਦੇ ਗਰਾਊਂਡ ਦੇ ਉੱਪਰ ਤੇ ਸਾਹਮਣੇ ਅਗਲੀ ਬਾਲ ਪਾਉਂਦਰੀ ਭਾਈ ਰੁਪਏ ਵਾਲਾ ਮੁੰਡਾ ਖੇਡਦੇ ਮੈਦਾਨ ਦੇ ਵਿੱਚ ਬੰਨਾ ਹੋਇਆ ਢੱਲਾ ਵਾਲਾ ਨਿੱਕਾ ਹੈ ਮੋਟਰਸਾਈਕਲਾਂ ਦੇ ਜੇਤੂ ਪਲੇਅਰ ਆ ਦੋਨੋਂ ਪਲੇਅਰ ਮੋਟਰਸਾਈਕਲਾਂ ਦੇ ਕਹਿੰਦੇ ਜੇਤੂ ਹੈ ਤਕੜਾ ਮੈਚ ਮੇਰੇ ਮਿੱਤਰੋਂ ਮਾਹੀ ਖੇਡਦੇ ਮੇਲੇ ਦਾ ਸਾਡੇ ਭਰਾਵਾਂ ਦੀ ਯਾਦ ਨੂੰ ਸਮਰਪਿਤ ਮੇਲਾ ਅੱਜ ਕਹਿੰਦੇ ਕਰਵਾਇਆ ਜਾ ਰਿਹਾ ਮਾਂ ਮਰੀ ਮੁੱਕ ਜਾਣ ਮਾਪੇ ਪਿਓ ਮਰੇ ਘਰ ਵੇਲਾ ਲੇਕਿਨ ਵੀਰ ਪਿਆਰੇ ਮੁੱਕ ਜਾਣ ਉੱਜੜ ਜਾਂਦਾ ਇਹ ਮੇਲਾ ਅੱਜ ਉਹਨਾਂ ਭਰਾਵਾਂ ਦੀ ਯਾਦ ਨੂੰ ਸਮਰਪਿਤ ਮੇਲਾ ਲਾਸਟ ਦਿਨ ਦੇ ਵਿੱਚ ਖੇਡਿਆ ਜਾ ਰਿਹਾ ਤੇ ਦੁਨੀਆਂ ਕਹਿੰਦੇ ਢੱਗੋ ਢੱਗੀ ਜੁੜੀ ਹੈ ਦੁਨੀਆਂ ਢੱਗੋ ਢੱਗੀ ਢੱਗੋ ਢੱਗੀ ਢੱਗੋ ਢੱਗੀ ਜੁੜੀ ਹੈ ਜਿਸ ਮੇਲੇ ਦੇ ਨਾਲ ਤੇ ਭਾਈ ਰੁਪਏ ਵਾਲਾ ਕਾਲਾ ਅਗਲੀ ਵਾਰ ਪਾਉਣ ਲਈ ਫਿਰ ਆ ਗਿਆ ਹੈ ਖੇਡਿਆ ਆਇਆ ਇਸ਼ਾਨ ਤੇ ਪਿੱਛੇ ਕਹਿੰਦੇ ਸ਼ਰਨ ਮਯੂਬ ਰਨ ਜਿਹੜਾ ਇੱਕ ਖੇਡਦੇ ਨੀਲਾ ਖਾਨ ਜੁੜ ਗਿਆ ਮੇਰੇ ਮਿੱਤਰੋ ਗੰਗਾਨਗਰ ਤੇ ਮਾਲਾ ਰਾਮਪੁਰ ਮੋਟਰਸਾਈਕਲਾਂ ਦੇ ਜੇਤੂ ਹੈ ਮਲੂਕਾ ਵਾਲਾ ਇੱਧਰ ਇੱਧਰ ਕਾਲਾ ਹੈ ਉੱਧਰ ਪ੍ਰਿੰਸੀਪਲ ਹੈ ਮਸੀਤਾ ਦੇ ਮੇਲੇ ਦਾ ਮਣੀ ਦੇ ਮੇਲੇ ਦਾ ਪਰਸਰ ਦਾ ਜੇਤੂ ਹੈ ਤੇ ਉੱਧਰ ਫਲਾਈ ਕਿਸ ਹੋ ਗਈ ਹੈ ਫਲਾਈ ਕਿਸ ਹੋ ਗਈ ਹੈ ਭਾਈ ਰੁਪਏ ਵਾਲਾ ਕਹਿੰਦੇ ਕਾਲਾ ਐਂ ਕਹਿੰਦੇ ਦੇਖੋ ਕਮਾਲ ਕਰ ਗਿਆ ਭਾਈ ਰੁਪਏ ਵਾਲਾ ਕਹਿੰਦੇ ਕਾਲਾ ਢੱਲਾ ਵਾਲੇ ਕਹਿੰਦੇ ਨਿੱਕੇ ਨੂੰ ਮੁੜ ਗਿਆ ਢੱਲਾ ਵਾਲੇ ਨਿੱਕੇ ਨੂੰ ਕਹਿੰਦੇ ਮੁੜ ਗਿਆ ਭਾਈ ਰੁਪਏ ਵਾਲਾ ਕਾਲਾ ਚਾਚਾ ਜੀ ਦੇ ਗੱਲ ਖੜੀ ਆ ਹੁਣ ਹੁਣ ਚਾਚਾ ਜੀ ਦੇ ਗੱਲ ਖੜੀ ਹੈ ਖੇਡਦੇ ਮੈਦਾਨ ਦੇ ਵਿੱਚ ਤੇ ਸਾਹਮਣੇ ਗੋਪੀ ਆ ਗੋਪੀ ਆ ਗਿਆ ਕਾਲੇ ਨੇ ਪਹਿਲੇ ਮੈਚ ਤੋਂ ਲੈ ਕੇ ਤਕੜੀਆਂ ਬਾਲਾਂ ਪਾਈਆਂ ਪਹਿਲੇ ਮੈਚ ਤੋਂ ਲੈ ਕੇ ਕਰਨ ਵੀ ਆਇਆ ਸਾਡਾ ਗੁਰਜਾ ਵਾਲਾ ਵੱਡਾ ਧੰਨਵਾਦ ਲਹਿਰੇ ਵਾਲ ਲੱਖੀ ਉਸਤਾਦ ਵੀ ਆਇਆ ਜਿਹਨੂੰ ਕਹਿੰਦੇ ਧੂਰੀ ਦੇ ਮੇਲੇ ਤੇ ਦੁੱਖ ਦੁਗਾਉਣੀ ਹੈ ਪੈਂਦੀ ਹੋਈ ਬਾਲ ਆ ਤੇ ਉੱਧਰ ਯਾਦੀ
ਯਾਦੀ ਦੇ ਨਾਲ ਡਾਟ ਬਾਲ ਜਿਹੜੀ ਡਾਟ ਵੀਰੇ ਪੰਜਾਬ ਦੀ ਸਿਫਤ ਸੁਣਾਵਾ ਜਿੱਥੇ ਰੱਬ ਵਰਗੀਆਂ ਮਾਵਾਂ ਧਰਤੀ ਪੰਜ ਦਰਿਆ ਦੀ ਰਾਣੀ ਜਿਸਦਾ ਸ਼ਰਬਤ ਵਰਗਾ ਪਾਣੀ ਇਹ ਗੋਰੀ ਚਿੱਟੀ ਏ ਇਹਨੂੰ ਮੈਲੀ ਨਾ ਕਰਿਓ ਇਹ ਮੇਰੇ ਪੰਜਾਬ ਦੀ ਮਿੱਟੀ ਏ ਰੰਗਲਾ ਪੰਜਾਬ ਦੇ ਸਾਹਮਣੇ ਭਾਵੇਂ ਕਾਲਿਆ ਇੱਕ ਵਾਰੀ ਸਮਾਪਤੀ ਦੇ ਰਣ ਪਈ ਹੋਏ ਅੱਠ ਰਨ ਪਚਵੰਜਾ ਰਨ ਰਹਿ ਗਏ ਜਿੱਤਣ ਦੇ ਲਈ ਚੌਵੀ ਬਾਲਾਂ ਦੇ ਵਿੱਚ ਪਚਵੰਜਾ ਰਨ ਜਿਹੜੇ ਮੈਚ ਜਿੱਤਣ ਦੇ ਲਈ ਚਾਹੀਦੇ ਨੇ ਸ਼ੁਰੂ ਕਰੀਏ ਮੈਚ ਬਈ ਯਾਦੀ ਲੰਬੀ ਵਾਲਾ ਹੈ ਤੇ ਸਾਹਮਣੇ ਚਾਚਾ ਜੀ ਹੈ ਇਹ ਚਾਚਾ ਜੀ ਹੈ ਮੱਤੇ ਜਿੱਤ ਕੇ ਬਈ ਕੁਆਟਰ ਖੇਡਣਾ ਖਾਨ ਪ੍ਰਿੰਸੀਪਲ ਸਾਹਿਬ ਖੇਡ ਰਹੇ ਮੈਦਾਨ ਦੇ ਵਿੱਚ ਡਾਲੇ ਵਾਲਾ ਨੀਲਾ ਖਾਨ 20 ਤਰੀਕ ਤੋਂ 25 ਤਰੀਕ ਤੱਕ ਮੇਲਾ ਖੇਡਿਆ ਜਾਊ ਡਾਲੇ ਪਿੰਡ ਦਾ ਡਾਲੇ ਪਿੰਡ ਦਾ ਮੇਲਾ 20 ਤੋਂ 25 ਤਰੀਕ ਤੱਕ ਖੇਡਿਆ ਜਾਵੇਗਾ ਤੇ ਲਾਓ ਸਾਹਮਣੇ ਅਗਲੀ ਬਾਲ ਫੇਰ ਤੇ ਉੱਪਰ ਖੇਡਿਆ ਹੋਇਆ ਸ਼ਾਟ ਪੱਲੇ ਪੱਲੇ ਤੇ ਪੱਲੇ ਦੇ ਨਾਲ ਇੱਕ ਜੁੜ ਚੁੱਕਿਆ ਹੈ ਗੋਪੀ ਆ ਗਿਆ ਤੇ ਲੰਬੀ ਵਾਲਾ ਯਾਦੀ ਬਾਲ ਪਾਰੇ ਲੜੀਆਂ ਦਾ ਜੇਤੂ ਪਲੇਅਰ ਮਾਹਣੀ ਖੇੜੇ ਦਾ ਮੇਲਾ ਹੈ ਸਾਡੇ ਭਰਾਵਾਂ ਨੇ ਵੱਡੀ ਮਿਹਨਤ ਕੀਤੀ ਹੈ ਵੀ ਪਿੰਡ ਮਾਹਣੀ ਖੇੜੇ ਦੇ ਮੁੰਡੇ ਦੇਖ ਲਓ ਮੁੰਡੇ ਸ਼ੰਗ ਮਾਰਦੇ ਆ ਦਸਾਂ ਨਫਾਂ ਦੀ ਕਿਰਤ ਕਮਾਈ ਇਹ ਖੇਡਾਂ ਉੱਤੇ ਲਾਉਂਦੇ ਆ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਣਕਾ ਕੇ ਰਾਰੇ ਖੇਲੇ ਸੱਚੇ ਮਿੱਤਰ ਮਿਲਦੇ ਜੱਪੀਆਂ ਪਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਪੀਆਂ ਪਾ ਕੇ ਡਾਲੇ ਵਾਲਾ ਕਹਿੰਦੇ ਨੀਲਾ ਖਾਨ ਮੇਰੇ ਮਿੱਤਰੋ ਪ੍ਰਿੰਸੀਪਲ ਸਾਹਮਣੇ ਖੇਡਦੇ ਗਿਆ ਉਹਨਾਂ ਦੇ ਅੰਦਰ ਯਾਦੀ ਨੇ ਵੱਡੇ ਤਿਆਰ ਦੇ ਕਾਸਕੋ ਦੀ ਖੇਡਦੇ ਮੁੰਡਾ ਧਾਲੀ ਵਾਲਾ ਦਾ ਬਾਲ ਭਾ ਰਿਹਾ ਤੇ ਉੱਧਰ ਚਾਚਾ ਜੀ ਦਾ ਛੱਕਾ ਚਾਚਾ ਜੀ ਦਾ ਛੱਕਾ ਛੱਕਾ ਵੱਜ ਗਿਆ ਮੇਰੇ ਮਿੱਤਰੋ ਖੇਡਦੇ ਮੈਦਾਨ ਦੇ ਵਿੱਚ ਯਾਦੀ ਐਨ ਚਾਚਾ ਜੀ ਤੋਰਦੇ ਬਹਿਣਗੇ ਜੇ ਮੈਚ ਜਿੱਤਣਾ ਹੈ ਚਾਚਾ ਜੀ ਤੋਰਦੇ ਬਹਿਣਗੇ ਜੇ ਮੈਚ ਜਿੱਤਣਾ ਦੇ ਸਾਹਮਣੇ ਪੈਂਦੀ ਬਾਲ ਤੇ ਪੱਲੇ ਪੱਲੇ ਚਾਰਾਂ ਦੇ ਰਣ ਫੇਰ ਚਾਰ ਦੇ ਰਣ ਗੜੇ ਫੇਰ ਚਾਰ ਦੇ ਦੱਸੂ ਸਾਡਾ ਵੀਰ ਚੌਵੀ ਰਣ ਚੌਵੀ ਰਣ ਹੋ ਚੁੱਕੇ ਨੇ ਤੇ 63 ਦਾ ਟਾਰਗੇਟ ਆ 39 ਰਨ ਰਹਿ ਗਏ ਮੈਚ ਜਿੱਤਣ ਦੇ ਲਈ 39 ਰਨ ਜਿਹੜੇ ਮੈਚ ਜਿੱਤਣ ਦੇ ਲਈ ਬਾਕੀ ਨੇ ਲੰਬੀ ਵਾਲਾ ਯਾਦੀ ਬਾਲ ਪਾ ਰਿਹਾ ਫੇਰ ਪੱਲੇ 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 ਤਗੜੀ ਬਾਲ ਬਾਂਸੀ ਹੋਈ ਹੈ ਵੀ ਟੱਕਰ ਬੱਬਰ ਸ਼ੇਰਾਂ ਦੀ ਖੜਕੇ ਦੇਖੂ ਕੁੱਲ ਜਮਾਨਾ ਮਾਹਣੀ ਖੇਡਦਾ ਟੱਪ ਤੇ ਮਰੂਤੀ ਉਹੀ ਜਿੱਤਣਗੇ ਜਿਹਨੇ ਡੌਲਿਆ ਪੱਟਾ ਗੁੱਟਾਂ ਵਿੱਚ ਜਾਂਦਾ ਟੱਪ ਉਹੀ ਜਿੱਤਣਗੇ ਜੇ ਡੌਲਿਆ ਪੱਟਾ ਗੁੱਟਾਂ ਦੇ ਵਿੱਚ ਜਾਂਦਾ ਹੈ ਬਾਕੀ ਕਹਿੰਦੇ ਮੇਲਾ ਉਹੀ ਜਿੱਤਣਗੇ ਦੋ ਵਰਤੇ 24 ਰਨ ਹੈ 18 ਬਾਲਾਂ 'ਚ 39 ਰਨ ਰਹਿ ਗਏ ਮੈਚ ਜਿੱਤਣ ਦੇ ਲਈ 18 ਬਾਲਾਂ ਦੇ ਵਿੱਚ 39 ਰਨ ਰਹਿ ਗਏ ਮੈਚ ਜਿੱਤਣ ਦੇ ਲਈ ਕੋਈ ਨਹੀਂ 13 ਹੀ ਨੇ ਓਵਰ ਦੇ ਆ ਜਾਣਗੇ ਲਾਸਟ ਓਵਰ ਕੋਈ ਨਹੀਂ 20 ਗਿਆ ਉਹਨਾਂ ਦਾ ਹਲੇ ਸੈੱਟ ਹੋਇਆ ਸ਼ਾਵਾ ਸ਼ਨੂ ਆ ਓਵਰ ਲਾ ਲੈ ਬਈ ਬਣੇ ਚਾਰਾਂ ਤਿੰਨਾਂ ਦੇ ਲਓ ਅੰਨੂ ਆ ਗਿਆ ਲੰਬੀ ਵਾਲਾ ਬਾਲ ਪਾਉਣ ਦੇ ਲਈ ਅੰਨੂ ਆ ਗਿਆ ਲੰਬੀ ਵਾਲਾ ਸਾਧੂ ਸੰਤਾਂ ਦੀ ਧਰਤੀ ਹੈ ਤੇ ਉੱਧਰ ਗੋਪੀ 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 ਦਾ ਛੱਕਾ 33 ਰਨ ਰਹਿ ਗਏ ਮੈਚ ਜਿੱਤਣ ਦੇ ਲਈ ਓਏ ਅੰਨੂ ਓਏ
ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੋਜੋ ਪਾਕ ਨਿਕਲ ਗਏ ਫਿਰ ਉਹ ਨਹੀਂ ਵਿਰਥੇ ਜਾਣੇ ਸਾਧੂ ਸੰਤ ਪੀਰ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੋਜੋ ਪਾਕ ਨਿਕਲ ਗਏ ਫਿਰ ਉਹ ਨਹੀਂ ਵਰਥੇ ਜਾਣੇ ਸਾਧੂ ਸੰਤਾਂ ਦੀ ਪੀਰ ਪੈਗੰਬਰਾਂ ਦੀ ਧਰਤੀ ਹੈ ਤੇ ਐਨ ਕਹਿੰਦੇ ਕੰਨੂ ਨੂੰ ਸ਼ਗਾ ਗੋਪੀ ਨੇ ਜੋੜ ਦਿੱਤਾ ਹੈ ਮੁੰਡਾ ਸੰਧੂ ਪਰਿਵਾਰ ਦਾ ਗੋਪੀ ਮੇਰੇ ਮਿੱਤਰੋ ਸਾਹਮਣੇ ਕਰ ਰਿਹਾ ਗੋਪੀ ਆ ਕਹਿੰਦੇ ਖੇਡਦੇ ਮੈਦਾਨ ਦੇ ਵਿੱਚ ਅੰਨੂ ਦੀ ਬਾਲ ਤਗੜੀ ਬਾਲ ਖੇਡਦੇ ਮੈਦਾਨ ਦੇ ਵਿੱਚ ਦੇ ਸਾਹਮਣੇ ਹਰ ਬੰਦਾ ਦਾ ਵੀਰ ਇੱਕ ਵਾਟਰ ਹੈ ਇਹ ਜਾਣ ਜੁੜ ਚੁੱਕਿਆ ਹੋਰ ਡਾਲੇ ਵਾਲਾ ਨੀਲਾ ਖਾਣ ਡਾਲੇ ਵਾਲਾ ਨੀਲਾ ਖਾਣ ਖੇਡਦੇ ਮੈਦਾਨ ਦੇ ਵਿੱਚ ਇੱਕ ਰਾਈ ਵਾਲਾ ਨੀਲਾ ਖਾਣ ਹੋਇਆ ਜਿਹਨੇ ਲਿਖਿਆ ਸੀ ਵੀ ਕਾਹਦੀ ਬੱਸ ਚ ਉੱਤਰ ਗਈ ਤੂੰ ਬਠਿੰਡਾ ਵੀ ਕਾਨੇਰ ਹੋ ਗਿਆ ਕਾਹਦੀ ਬੱਸ ਚ ਉੱਤਰ ਗਈ ਤੂੰ ਵੀ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖੋ ਤੂੰ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕੋ ਤੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖੋ ਤੂੰ ਗੰਗਾ ਨਗਰ ਕਿੰਨੇ ਰਨ ਹੋ ਗਏ ਬਈ ਦੱਸੀ 38 ਰਨ ਤੇ 25 ਸ਼ੋਸ਼ਣ ਵਾਲਾ ਨਹੀਂ ਆ ਬਈ19 ਰਨ ਹੀ ਰਹਿ ਗਏ ਮੈਚ ਜਿੱਤਣ ਦੇ ਲਈ 19 ਰਹਿ ਗਏ ਵੀਰੇ 19 ਰਨ ਹੀ ਰਹਿ ਗਏ ਮੈਚ ਜਿੱਤਣ ਦੇ ਲਈ ਮੇਰੇ ਮਿੱਤਰੋ ਖੇਡਦੇ ਮੈਦਾਨ 'ਚ 19 ਰਨ ਜਿਹੜੇ ਚਾਹੀਦੇ ਨੇ ਆ ਗਿਆ ਜੇ ਭਾਊ ਵੀ ਸਾਡਾ ਐਨ ਖੇਡਦੇ ਮੈਦਾਨਾਂ ਦੇ ਵਿੱਚ 19 ਰਨ ਮੈਚ ਜਿੱਤਣ ਦੇ ਲਈ ਬਾਕੀ ਓਵਰ ਦੀ ਸਮਾਦੀ 3 ਓਵਰ ਦੇ ਰਨ ਜਿਹੜੇ 44 ਰਨ 12 ਬਾਲਾਂ ਦੇ ਵਿੱਚ 19 ਰਨ ਚਾਹੀਦੇ ਹੈ ਮੈਚ ਜਿੱਤਣ ਦੇ ਲਈ ਵੀ ਜਿਗਰੇ ਹੈ ਨੀ ਕੀ ਕਰਦੇ ਆ ਜਿਸਮ ਹੱਟੇ ਤੇ ਕੱਟੇ ਉਹ ਜ਼ਿੰਦਗੀ ਵਿੱਚ ਕੁਝ ਨਹੀਂ ਕਰਦੇ ਜੋ ਲਾਉਂਦੇ ਮਿੱਤਰੋ ਰੱਟੇ ਕਾਗਜ਼ ਨਹੀਂ ਉਹ ਫੜਦੇ ਲਿਖ ਲਿਖ ਕੇ ਫਾੜਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੈ ਮਨ ਨੂੰ ਮਾਰਨਾ ਪੈਂਦਾ ਏ ਕਿ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਮਨ ਨੂੰ ਮਾਰਨਾ ਪੈਂਦਾ ਏ ਸਾਹਮਣੇ ਡਾਲੇ ਵਾਲਾ ਪ੍ਰਿੰਸੀਪਲ ਨੀਲਾ ਖਾਣ ਤੇ ਲੰਬੀ ਵਾਲਾ ਕਹਿੰਦੇ ਰਾਜਵੰਤ ਕੱਪਰ ਨੇ ਵਾਲ ਪਾਉਣੀ ਹੈ ਕੱਪਰ ਬਾਲ ਮੈਚ ਵਧੋ ਟੀਮਾਂ ਦੇ ਦਰਮਿਆਨ ਤੇ ਸਾਹਮਣੇ ਰਾਜਵੰਤ ਦੀ ਬਾਲ ਪਵੇਗੀ ਡਾਲੇ ਵਾਲਿਆ 3 ਛੱਕੇ ਚਾਹੀਦੇ ਹੈ ਡਾਲੇ ਵਾਲਿਆ 3 ਛੱਕੇ ਚਾਹੀਦੇ ਹੈ ਮੈਚ ਜਿੱਤਣ ਦੇ ਲਈ 3 ਛੱਕੇ ਜਿਹੜੇ ਮੈਚ ਜਿੱਤਣ ਦੇ ਲਈ ਜਿਹੜੇ ਬਾਕੀ ਹੈ ਤੇ ਸਾਹਮਣੇ ਰਾਜਵੰਤ ਲੰਬੀ ਵਾਲਾ ਤਗੜੀ ਬਾਲ ਦੇ ਸਾਹਮਣੇ ਬੱਲੇ 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 ਭੱਜ 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 ਓਏ 2 ਰਨ ਜੁੜ ਚੁੱਕੇ ਨੇ ਕੀ ਹੋ ਗਿਆ
ਹੋਰ ਜਿਹੜੇ ਜੁੜ ਚੁੱਕੇ ਆ ਦੋ ਰਨ ਦੇ ਵਾਧੜੇ ਹੋ ਚੁੱਕੇ ਖੇਡਦੇ ਗਰਾਊਂਡ ਦੇ ਉੱਪਰ ਤੇ ਸਾਹਮਣੇ ਫੇਰ ਜਿਹੜੀ ਬਾਲ ਤਾਲ ਬਲੀ ਕਹਿੰਦੇ ਲੰਬੀ ਵਾਲਾ ਛਿਆਲੀ ਰਨ ਹੋਗੇ ਤੇ ਸਤਾਰਾਂ ਰਨ ਚਾਹੀਦੇ ਆ ਗਿਆਰਾਂ ਬਾਲਾਂ ਦੇ ਵਿੱਚ ਗਿਆਰਾਂ ਬਾਲਾਂ ਦੇ ਸਤਾਰਾਂ ਰਨ ਜਿਹੜੇ ਮੈਚ ਜਿੱਤਣ ਦੇ ਲਈ ਖੇਡਦੇ ਮੈਦਾਨ ਦੇ ਵਿੱਚ ਚਾਹੀਦੇ ਨੇ ਅਗਲੀ ਬਾਲ ਫੇਰ ਪੈਰੀ ਹੈ ਮੇਰੇ ਮਿੱਤਰੋਂ ਗੱਬਰ ਦੀ ਗੱਬਰ ਦੀ ਬਾਲ ਤੇ ਉੱਧਰ ਡਾਲੇ ਵਾਲਾ ਕਹਿੰਦੇ ਨੀਲਾ ਖਾਣ ਡਾਲੇ ਵਾਲਾ ਨੀਲਾ ਖਾਣ ਛੱਕਾ ਮਾਰ ਗਿਆ ਮੇਰੇ ਮਿੱਤਰੋਂ ਚਾਚਾ ਜੀ ਕਹਿੰਦੇ ਬੱਲੇ ਬੱਲੇ ਕਰਵਾ ਰਹੇ ਹੈ ਚਾਚਾ ਜੀ ਕਹਿੰਦੇ ਬੱਲੇ ਬੱਲੇ ਕਰਵਾ ਰਹੇ ਹੈ ਗਿਆਰਾਂ ਰਨ ਰਹਿ ਗਏ ਮੈਚ ਜਿੱਤਣ ਦੇ ਲਈ ਗਿਆਰਾਂ ਰਨ ਹੀ ਰਹਿ ਗਏ ਬਵੰਜਾ ਹੋ ਗਏ ਬਈ ਗਿਆਰਾਂ ਰਹਿ ਗਏ ਦਸ ਬਾਲਾਂ ਦੇ ਵਿੱਚ ਗਿਆਰਾਂ ਰਨ ਮੈਚ ਜਿੱਤਣ ਦੇ ਲਈ ਜਿਹੜੇ ਬਾਕੀ ਨੇ ਲਾਗੇ ਆ ਜੇ ਜੀ ਟੀਮ ਮਾਲਾ ਰਾਮਪੁਰਾ ਤੇ ਨਾਲ ਹੀ ਮੇਰੀ ਬੇਲਦੀ ਜਿਹੜੀ ਟੀਮ ਗੰਗਾਨਗਰ ਦੀ ਖੇਡੇਗੀ ਬਿਜਲੀ ਆਇਆ ਬਠਿੰਡੇ ਵਾਲਾ ਮਰੂਤੀ ਗੱਡੀ ਦਾ ਜੇਤੂ ਮਰੂਤੀ ਗੱਡੀ ਦਾ ਜੇਤੂ ਕਹਿੰਦੇ ਆਇਆ ਅੱਜ ਤੇ ਇੱਥੇ ਵੀ ਕਹਿੰਦੇ ਮਰੂਤੀ ਗੱਡੀ ਦਿੱਤੀ ਜਾਣੀ ਹੈ ਜਿਹਨੇ ਪਹਿਲੇ ਦਿਨ ਗੱਡੀਆਂ ਬੈਕ ਕਰਾਈਆਂ ਕਈ ਬੰਦਿਆਂ ਦੀਆਂ ਇਹ ਉਹ ਮੁੰਡਾ ਕਹਿੰਦੇ ਕੈਚ ਫੜ ਗਿਆ ਤੇ ਲਾਓ ਸਾਹਮਣੇ ਬਾਸੀ ਹੋ ਗਈ ਹੈ ਮੇਰੇ ਮਿੱਤਰੋਂ ਖੇਡਦੇ ਗਰਾਊਂਡ ਦੇ ਉੱਪਰ ਲੰਬੀ ਦੀ ਟੀਮ ਦੀ ਪਰ ਗੋਪੀ 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 ਖੜਾ ਹਾਲੇ ਵੀ ਗੋਪੀ ਖੜਾ ਹਾਲੇ ਵੀ ਕਿੰਨੇ ਰਨ ਹੋ ਗਏ ਬਈ ਬਵੰਜਾ ਦੇ ਗਿਆਰਾਂ ਰਨ ਚਾਹੀਦੇ ਆ ਹਾਲੇ ਵੀ ਟਿਬਲੂ ਬਾਈ ਕਿੰਨੇ ਆ ਰਹੀ ਹੈ ਇੱਕ ਬਾਲ ਸੱਤ ਬਾਲਾਂ ਗਿਆਰਾਂ ਰਨ ਅੱਠ ਬਾਲਾਂ ਦੋ ਬਾਲਾਂ ਬਾਕੀ ਹੈ ਦੋ ਠੀਕ ਹੈ ਜੀ ਅੱਠ ਬਾਲਾਂ ਗਿਆਰਾਂ ਰਨ ਮੈਚ ਖੜਕ ਗਿਆ ਮੈਚ ਖੜਕ ਗਿਆ ਅੱਠ ਬਾਲਾਂ ਦੇ ਵਿੱਚ ਗਿਆਰਾਂ ਰਨ ਜਿਹੜੇ ਮੈਚ ਜਿੱਤਣ ਦੇ ਲਈ ਬਾਕੀ ਨੇ ਅੱਠ ਬਾਲਾਂ ਵਿੱਚ ਗਿਆਰਾਂ ਰਨ ਨਾ ਬਈ ਠੀਕ ਹੈ ਯਾਰ ਸਹੀ ਆ ਕਰੀ ਚੱਲ ਛੇਤੀ ਵੀ ਪਾ ਦੇ ਪ੍ਰੈਸ਼ਰ ਹੁਣ ਮੈਚ ਬਣਿਆ ਉਧਰ ਰਾਜਵੰਤੀ ਮੰਦਰ 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 ਦੇ ਸਿਮਰਤ 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 ਦੇ ਇੱਕ ਹੋਰ ਹੈਟ੍ਰਿਕ ਹੋ ਗਈ ਹੈ ਵਾਹ ਓਏ ਗੱਬਰ ਇੱਕ ਮੈਚ ਛੱਡ ਗਿਆ ਬਈ ਇੱਕ ਮੈਚ ਛੱਡ ਗਿਆ ਅੱਜ ਦੇ ਨਿਆਣੇ ਬੱਲੀਏ ਅਸੀਂ ਬੋਲਦੇ ਨਹੀਂ ਖੁੱਡ ਹਾਂ ਪੁਰਾਣੇ ਬੱਲੀਏ ਹਵਾ ਕਰਦੇ ਨਹੀਂ ਅੱਜ ਦੇ ਨਿਆਣੇ ਬੱਲੀਏ ਮਾਤਾ ਰਾਮਪੁਰਾ ਦੇ ਗੰਗਾਨਗਰ ਸੀ ਗੱਬਰ ਮੇਰੇ ਮਿੱਤਰੋਂ ਉਸ ਤੋਂ ਅੱਗੇ ਹੈ ਮਲੂਕਪੁਰ ਤੇ ਸੁਲਤਾਨ ਨੇ ਕਹਿੰਦਾ ਕਹਾਣੀ ਕੁਝ ਕਰਨੀ ਪੈਣੀ ਹੈ ਕਸੂਤੀ ਓਏ ਛੱਕਾ ਛੁੱਕਾ ਮਾਰਨਾ ਪੈਣਾ ਬਈ ਮੁੰਡਾ ਕਹਿੰਦਾ ਕਮਾਲ ਦਾ ਓਵਰ ਪਾ ਗਿਆ ਮੁੰਡਾ ਕਹਿੰਦਾ ਕਮਾਲ ਦਾ ਓਵਰ ਹੀ ਪਾ ਗਿਆ ਸੱਤ ਬਾਲਾਂ ਗਿਆਰਾਂ ਰਨ ਸੱਤ ਬਾਲਾਂ ਦੇ ਵਿੱਚ ਗਿਆਰਾਂ ਰਨ ਸੱਤ ਬਾਲਾਂ ਗਿਆਰਾਂ ਦੇ ਲਈ ਬਾਕੀ ਨੇ ਸੱਤ ਬਾਲਾਂ ਦੇ ਗਿਆਰਾਂ ਰਹਿ ਗਏ ਫਿਰ ਬਾਲ ਆ ਰਹੀ ਹੈ ਤੇ ਉੱਧਰ ਛੱਕਾ ਵੱਜ ਗਿਆ ਸਵਾਦ ਓਏ ਵਾਹ ਓਏ ਗੋਲਡੀ
ਭਾਵੇਂ ਗੋਲੀ ਭਾਵੇਂ ਗੋਲੀ ਸ਼ਕਲ ਵਧੀ ਹੈ ਬਾਈ। ਪੰਜ ਰਹਿ ਗਏ ਬਾਈ, ਛੇ ਤੇ ਪੰਜ ਗਿਆਰਾਂ, ਪੰਜ ਛੇ ਬਾਲਾਂ ਦੇ ਵਿੱਚ ਪੰਜ ਰਨ ਰਹਿ ਗਏ ਜਿੱਤਣ ਲਈ ਚਾਰ। ਛੇ ਬਾਲਾਂ ਦੇ ਪੰਜ ਰਨ ਚਾਹੀਦੇ ਅੱਜ ਸਾਰੇ ਮੈਚ ਦੇ ਐ ਲੱਗਣਗੇ। ਪਹਿਲਾ ਮੈਚ ਵੀ ਆਸ਼ੂ ਤੇ ਕੱਪ ਹੈ ਬਾਈ ਤੇ ਆ ਮੈਚ ਵੀ ਕਹਿੰਦੇ ਲਾਸਟ ਓਵਰ ਚ ਪ੍ਰਵੇਸ਼ ਕਰ ਗਿਆ। ਲੰਬੀ ਵਾਲਾ ਸਣੀ ਬਾਲ ਪਾਵੇ ਗਿਆ ਸ਼ੇਰ ਦੇ ਗਰਾਊਂਡ ਦੇ ਉੱਪਰ, ਉੱਚੇ ਲੰਮੇ ਚਾਦਾ ਨਜ਼ਰ, ਲੰਬੀ ਵਾਲਾ ਸਣੀ ਬਾਲ ਪਾਵੇ ਗਿਆ। ਬੱਗੀ ਇੱਕ ਵਾਰੀ ਪੋਪਲਾ ਨੂੰ ਛੇ ਬਾਲ ਦੇ ਪੰਜਾਂ ਦੇ ਪਹਿਲਾਂ ਵੀ ਲਵਾਇਆ ਸੀਗਾ, ਸੀਤੋ ਦਾ ਮੇਲਾ ਭੁੱਲਿਆ ਨੀ ਗੋਲਡੀ ਨੂੰ ਤੇ ਕਿਤੇ ਅੱਜ ਉਹ ਕੰਮ ਨਾ ਕਰਾ ਦੀ। ਅੱਜ ਲਾਂਭਾ ਲਾਉਣ ਦੀ ਜ਼ਿੰਮੇਵਾਰੀ ਹੈ, ਅੱਜ ਲਾਂਭਾ ਫੇਰ ਹੀ ਲਾਊ ਮੁੰਡਾ ਜੇ ਪਤਾ ਹੋਇਆ ਵੀ ਮੇਰੇ ਸਿਰ ਦੋ ਲਾਂਭੇ ਹੋ ਜਾਣਗੇ। ਛੇ ਵਾਲਾ ਪੰਜ ਰਨ, ਛੇ ਵਾਲਾ ਪੰਜ ਰਨ ਚਾਹੀਦੇ ਆ। ਹਣੀ 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 ਛੇ ਵਾਲਾ ਪੰਜ ਦੇ ਬੱਲੇ 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 ਨੋ ਬਾਲ ਨੋ ਬਾਲ ਸਹੀ ਫੈਸਲਾ ਹੋ ਗਿਆ। ਮੈਂ ਕਿਹਾ ਸੀ ਗਾਂ ਤੋਂ ਚੌਲਾਂ ਦੇ ਕੜਾਹੇ ਕੜੂਹੇ ਕੱਢਿਓ ਟੂਰਨਾਮੈਂਟ ਤੋਂ ਪਹਿਲਾਂ। ਨੋ ਵੀ ਹੈ ਜੀ ਠੀਕ ਹੈ ਜੀ, ਕਹਿ ਦੀ ਨੋ ਅਸੀਂ ਤਾਂ ਕਹਿਣਾ ਹੀ ਹੈ ਨੋ, ਤੁਸੀਂ ਕਹਿ ਦੀ ਅਸੀਂ ਕਹਿ ਦੀ। ਤਿੰਨ ਰਹਿ ਗਏ ਛਿਆਂ ਚ ਸ਼ੁਰੂ ਕਰੀਏ ਵੀ ਮੈਚ ਆਪਾਂ। ਓਏ ਤਿੰਨ ਹੀ ਰਹਿ ਗਏ, ਗਾਲਾਂ ਬਚਾ ਦੇ ਮੈਨੂੰ। ਸ਼ੁਰੂ ਕਰੀਏ ਮੈਚ, ਨੋ ਬਾਲ ਹੁੰਦੀ ਹੈ। ਚਾਰ ਰਨ ਚਾਹੀਦੇ ਆ ਮੈਚ ਜਿੱਤਣ ਦੇ ਲਈ ਛੇ ਬਾਲਾਂ ਦੇ ਵਿੱਚ। ਦੋ ਆ ਗਏ, ਇੱਕ ਨੋ ਦੇ ਇੱਕ ਭੱਜ ਗਏ, ਆ ਗਏ ਤਿੰਨ ਰਹਿ ਗਏ ਜੀ, ਤਿੰਨ ਤਿੰਨ ਰਨ ਛੇ ਬਾਲਾਂ ਦੇ ਵਿੱਚ, ਤਿੰਨ ਰਨ ਜਿਹੜੇ ਬਾਕੀ ਨੇ। ਛੇ ਬਾਲਾਂ ਦੇ ਤਿੰਨ ਰਨ ਜਿਹੜੇ ਮੈਚ ਜਿੱਤਣ ਦੇ ਲਈ ਖੇਡਦੇ ਗਰਾਊਂਡ ਦੇ ਅੰਦਰ ਬਾਕੀ ਨੇ। ਹਣੀ ਦੀ ਬਾਲ ਜਿਹੜੀ ਪਵੇਗੀ ਖੇਡਦੇ ਗਰਾਊਂਡ ਦੇ ਅੰਦਰ ਤੇ ਉੱਧਰ ਖੇਡਿਆ ਹੋਇਆ ਇਸ਼ਾਨ ਥ੍ਰੀ ਖੇਡਦਾ ਤੇ ਰਨ ਇੱਕ ਜੁੜ ਚੁੱਕੇ ਆ। ਦੋ ਰਨ, ਪੰਜ ਬਾਲਾਂ ਦੇ ਵਿੱਚ ਦੋ ਰਨ ਬਾਕੀ ਆ। ਤਗੜਾ ਮੈਚ ਲੱਗਿਆ, ਚੋਟੀ ਦਾ ਮੈਚ ਲੱਗਿਆ ਦੋਨੋਂ ਟੀਮਾਂ ਦੇ ਦਰਮਿਆਨ। ਕਹਿੰਦੇ ਸਿਰ ਦੀ ਟੱਕਰ ਜਿਹੜੀ ਹੋਈ ਹੈ, ਪੰਜ ਬਾਲਾਂ ਦੋ ਰਨ ਮੈਚ ਜਿੱਤਣ ਦੇ ਲਈ ਬਾਕੀ ਨੇ। ਲਾਓ ਸਾਹਮਣੇ ਹਣੀ ਤੇ ਉੱਧਰ ਪੱਲੇ, ਇੱਕ ਤੇ ਟਾਈ ਹੋ ਗਿਆ ਮੈਂ ਸਾਹਮਣੇ ਖੇਡਿਆ ਸ਼ਾਰ ਦੇ ਪੱਲੇ 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 ਮੈਚ ਕਹਿੰਦੇ ਟਾਈ ਆ ਲੱਗੀ ਹੋਈ। ਸੈਰ ਦੇ ਖੜ ਜਾ, ਸੈਰ ਦੇ ਖੜ ਜਾ, ਸੈਰ ਦੇ ਖੜ ਜਾ, ਮੈਂ ਤੇ ਕਹਿੰਦਾ ਟਾਈ ਹੈ। ਆਹ ਮੁੰਡਾ ਪਤਾ ਨੀ ਕਦ ਹੋਣੀ ਭੱਜਿਆ, ਇਹ ਹੁਣ ਨੱਬੇ ਵਾਲੇ ਸੋਚੀ ਜਾਂਦੇ ਆ ਵੀ ਆਹ ਮੁੰਡਾ ਪਤਾ ਨੀ ਕਦ ਹੋਣੀ ਭੱਜਿਆ। ਇੱਕ ਰਨ ਚਾਹੀਦਾ, ਕਿੰਨੀਆਂ ਬਾਲਾਂ ਰਹਿ ਗਈਆਂ ਬਾਈ ਓਏ ਕਾਲਿਆ ਬਾਈ, ਜਿਹੜਾ ਫੈਸਲਾ ਹੋ ਗਿਆ ਭਰਾ ਬੜੇ ਜਿਹੜਾ ਫੈਸਲਾ ਪੈਰਾਂ ਦਾ ਹੋਇਆ। ਤਿੰਨ ਬਾਲਾਂ ਇੱਕ ਰਨ, ਮੈਚ ਟਾਈ ਹੈ, ਤਿੰਨ ਬਾਲਾਂ ਇੱਕ ਰਨ, ਸਿਰੇ ਨਾਲ ਟਕਾਣੇ ਦਾ ਮੈਚ ਲੱਗਿਆ, ਚੋਟੀ ਦੀ ਟੱਕਰ ਆ। ਇੱਕ ਇੱਕ ਰਨ ਤੇ ਕਹਿੰਦੇ ਜੱਦੋ ਜਹਿਦ ਚੱਲ ਰਹੀ ਹੈ, ਇੱਕ ਇੱਕ ਰਨ ਤੇ ਜੱਦੋ ਜਹਿਦ। ਓ ਥੱਲੇ ਜਿੱਤ ਗਈ ਕੋਲਿਆਂ ਵਾਲੀ ਟੀਮ।